ਅਜੇ ਤੇ ਉਹ ਬਣਿਆ ਹੀ ਨਹੀਂ ਅਜੇ ਜਦੋਂ ਬਣ ਜਾਏਗਾ ਫਿਰ ਉਹਦੇ ਬਾਰੇ ਕੋਈ ਕਮੈਂਟ ਕਰਾਂਗੇ ਅਜੇ ਤਾਂ ਉਹਨੇ ਕਿਹਾ 15-20 ਦਿਨ ਵੇਖੋ ਉਹ 15-20 ਦਿਨਾਂ 'ਚ ਕੀ ਗੁਲ ਖਿਲਾਉਂਦੇ ਆ ਫਿਰ ਉਹਦੇ ਬਾਅਦ ਕਮੈਂਟ ਕਰਾਂਗੇ ਸਾਡਾ ਕੋਈ ਨੁਕਸਾਨ ਨਹੀਂ ਹੁੰਦਾ ਮੈਂ ਪਹਿਲਾਂ ਵੀ ਕਹਿ ਬੈਠਾ ਕਿ ਜਿੰਨੀਆਂ ਪੋਲੀਟੀਕਲ ਪਾਰਟੀਆਂ ਪੰਜਾਬ ਵਿੱਚ ਬਣ ਗਈਆਂ ਉਹਨਾਂ ਦਾ ਲਾਭ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਨੂੰ ਹੋਊਗਾ ਕਿਉਂਕਿ ਜਿਹੜੀ ਐਂਟੀ ਇਨਕੂਬੈਂਸੀ ਵੋਟ ਆ ਉਹਨਾਂ ਦੀ ਡਿਵੀਜ਼ਨ ਹੋਊਗੀ ਉਹਦਾ ਕਿਸੇ ਨੂੰ ਲਾਭ ਨਹੀਂ ਹੋਏਗਾ ਜਿਹੜਾ ਸਾਡਾ ਕੇਡਰ ਆ ਉਹ ਸਾਡਾ ਹੈਗਾ ਹੀ ਆ ਉਹ ਸਾਨੂੰ ਪੈਣਾ ਹੀ ਆ ਇਸ ਕਰਕੇ ਆਉਣ ਵਾਲੀ 2017 ਦੀ ਇਲੈਕਸ਼ਨ ਸ਼ਾਨ ਨਾਲ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਜਿੱਤੂ।